ਪੈਰਾਂ ਨੂੰ ਫੜਨ ਕਿਉਂ ਜਾਂਦੇ ਨੇ ਪਹਿਲਾਂ? ਗਿੱਟੇ ਪੱਟ ਕੇ ਜੀ ਰੇਡਰ ਛੇਤੀ ਕਾਬੂ ਦੇ ਵਿੱਚ ਆ ਜਾਂਦਾ, ਫਿਰ ਉਸਦੇ ਲਈ ਕੋਈ ਭੱਜਣ ਦਾ ਦੂਸਰਾ ਬਦਲ ਨਹੀਂ ਰਹਿੰਦਾ। ਜਦੋਂ ਤੱਕ ਤੁਸੀਂ ਰੇਡਰ ਨੂੰ ਗਿੱਟਿਆਂ ਤੋਂ ਲੱਤਾਂ ਤੋਂ ਕਾਬੂ ਨਹੀਂ ਕਰਦੇ, ਉਹਨਾਂ ਚਿਰ ਉਹ ਕਾਬੂ ਦੇ ਵਿੱਚ ਨੇ। ਜੇਕਰ ਤੁਸੀਂ ਗੁੱਟ ਫੜਦੇ ਹੋ ਤਾਂ ਪਸੀਨਾ ਬਹੁਤ ਆਇਆ ਹੋਇਆ, ਇਸ ਤਰ੍ਹਾਂ ਇਸ ਸਮੇਂ ਤੁਸੀਂ ਦੇਖੋਗੇ ਤੀਰਸ ਨੇ ਬਗਲਾਂ ਭਰੀਆਂ ਹੋਈਆਂ ਨੇ, ਪਰ ਇੱਥੋਂ ਵੀ ਰੇਡਰ ਭੱਜਣ ਦੇ ਵਿੱਚ ਕਾਮਯਾਬ ਹੋ ਸਕਦਾ। ਦੇਖੋ ਕਿਸ ਤਰ੍ਹਾਂ ਦਾ ਜੱਫਾ ਇਸ ਸਮੇਂ ਲੱਗਿਆ ਹੋਇਆ, ਬਗਲਾਂ ਭਰੀਆਂ ਹੋਈਆਂ ਨੇ, ਕੋਸ਼ਿਸ਼ ਜਾਰੀ ਹੈ, ਮੁਕਾਬਲਾ ਸਖਤ ਹੈ, ਪਰ ਇਸ ਵਾਰ ਤੀਰਸ ਕਾਮਯਾਬ ਹੋਇਆਗਾ। ਤੀਰਸ ਜੌਹਰ ਜਿਸਨੇ ਪਹਿਲਾ ਜੱਫਾ ਲਾਇਆ ਇਸ ਮੁਕਾਬਲੇ ਦੇ ਵਿੱਚ, ਚੌਥੇ ਕੁਆਟਰ ਦੇ ਵਿੱਚ ਜਾ ਕੇ ਸ਼ਾਨਦਾਰ ਖੇਡ ਦਿਖਾਈ ਹੈ, ਅਤੇ ਜਿਸ ਨੇ ਜਿਵੇਂ ਤੁਸੀਂ ਨੇ ਪਹਿਲਾਂ ਪੁੱਛਿਆ ਸੀ ਕਿ ਗਿੱਟੇ ਹੀ ਕਿਉਂ ਫੜ ਜਾਂਦੇ ਨੇ, ਪਰ ਇਹ ਬਗਲਾਂ ਭਰ ਕੇ ਵੀ ਆਪਣੇ ਮਜ਼ਬੂਤ ਬਾਹਾਂ ਦੇ ਨਾਲ, ਜਿਹਨੂੰ ਕਹਿੰਦੇ ਨੇ ਮਜ਼ਬੂਤ ਬਾਹਾਂ ਦੇ ਵਿੱਚ ਜਕੜਦਾ ਹੋਇਆ ਇਸ ਨੌਜਵਾਨ, ਬਹੁਤ ਵੱਡਾ ਕਬੱਡੀ ਦਾ ਇਹਨੂੰ ਮੱਲ ਕਹਿ ਸਕਦੇ ਹਾਂ ਆਪਾਂ, ਨਿੰਨੀ ਗੋਪਾਲਪੁਰ ਜਿਸ ਖਿਡਾਰੀ ਨੂੰ ਜੱਫਾ ਲੱਗਿਆ ਨੇ। ਤੀਰਸ ਕਾਮਯਾਬ ਹੋਇਆ, ਪਰ ਜ਼ਿਆਦਾਤਰ ਸੁਭਾਵਨਾ ਗਿੱਟੇ ਫੜ ਕੇ